ਰੋ ਰੋ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਰਹੀ ਉਹ ਬੇਵਸ ਮਾਂ ਆ ਜਿਸ ਤੇ 12 ਸਾਲਾਂ ਮਾਸੂਮ ਬੱਚੇ ਦੀ ਦਰਦਨਾਕ ਮੌਤ ਹੋ ਗਈ ਹੈ ਜੋ ਕਿ ਜਾਮਨ ਤੋੜਨ ਦੇ ਲਈ ਦਰਖਤ ਤੇ ਚੜਿਆ ਤੇ ਦਰਖਤ ਤੋਂ ਹੇਠਾਂ ਡਿੱਗਿਆ ਜ਼ਮੀਨ ਤੇ ਡਿੱਗਦਿਆਂ ਹੀ ਬੱਚਾ ਬੇਸੁੱਧ ਹੋ ਗਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੱਸੀ ਤੇ ਇਲਾਜ ਦੌਰਾਨ ਹੀ ਬੱਚੇ ਨੇ ਦਮ ਤੋੜ ਦਿੱਤਾ ਇਹ ਮਾਮਲਾ ਖੰਨਾ ਦੇ ਲਲਹੇੜੀ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ 12 ਸਾਲਾਂ ਦਾ ਆਨੰਦ ਕੁਮਾਰ ਜੋ ਕਿ ਜਾਮੁਨ ਦੇ ਦਰਖਤ ਤੇ ਚੜਿਆ ਜਾਮੁਨ ਤੋੜ ਰਿਹਾ ਸੀ ਤਾਂ ਅਚਾਨਕ ਪੈਰ ਫਿਸਲਿਆ ਤੇ ਦਰਖਤ ਤੋਂ ਹੇਠਾਂ ਡਿੱਗਿਆ ਇਸ ਦਰਖਤ ਦੀ ਉਚਾਈ 30 ਫੁੱਟ ਦੇ ਕਰੀਬ ਦੱਸੀ ਜਾ ਰਹੀ ਹੈ ਜਿੱਥੋਂ ਇਹ ਬੱਚਾ ਹੇਠਾਂ ਜ਼ਮੀਨ ਤੇ ਡਿੱਗਿਆ ਡਿੱਗਦਿਆਂ ਹੀ ਸਿਰ 'ਚ ਸੱਟ ਲੱਗੀ ਖੂਨ ਨਾਲ ਲੱਥਪੱਥ ਬੱਚੇ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਕੁਝ ਹੀ ਦੇਰ ਬਾਅਦ ਇਸ ਬੱਚੇ ਨੇ ਦਮ ਤੋੜ ਦਿੱਤਾ ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਹਾਲਤ ਬੇਹੱਦ ਨਾਜ਼ੁਕ ਸੀ ਜਿਸ ਕਰਕੇ ਉਸ ਨੂੰ ਬਚਾ ਨਹੀਂ ਸਕੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਵੀ ਤਾਹਾ ਮਾਰ ਮਾਰ ਰੋ ਰਿਹਾ ਹੈ ਮਾਂ ਆਪਣੇ ਬੱਚੇ ਨੂੰ ਰੋਂਦੀ ਹੋਈ ਆਵਾਜ਼ਾਂ ਮਾਰ ਰਹੀ ਹੈ ਕਿ ਕੋਈ ਤਾਂ ਉਸਨੂੰ ਉਸਦੇ ਬੱਚੇ ਨਾਲ ਮਿਲਾ ਦੇ ਕੋਈ ਉਸਦਾ ਬੱਚਾ ਉਸਨੂੰ ਵਾਪਸ ਲਿਆ ਦੇ ਇੱਥੇ ਪਰਿਵਾਰ ਦਾ ਕਹਿਣਾ ਹੈ ਕਿ ਬੱਚਾ ਜਦੋਂ ਘਰ ਆਇਆ ਸਕੂਲ ਤੋਂ ਤਾਂ ਕੱਪੜੇ ਬਦਲ ਕੇ ਉਸ ਤੋਂ ਬਾਅਦ ਖੇਡਣ ਲਈ ਚਲਾ ਗਿਆ ਬੱਚਾ ਬਿਨਾਂ ਦੱਸੇ ਹੀ ਜਾਮੁਨ ਦੇ ਦਰਖਤ ਤੇ ਚੜ ਗਿਆ ਜਾਮੁਨ ਤੋੜਨ ਦੇ ਲਈ ਤੇ ਮਾਪਿਆਂ ਨੂੰ ਉਦੋਂ ਪਤਾ ਲੱਗਿਆ ਜਦੋਂ ਗਲੀ ਦੇ ਵਿੱਚ ਰੌਲਾ ਪਿਆ ਕਿ ਬੱਚਾ ਡਿੱਗ ਗਿਆ ਬੱਚਾ ਡਿੱਗ ਗਿਆ ਜਿਵੇਂ ਹੀ ਮਾਪੇ ਬਾਹਰ ਆਏ ਤਾਂ ਉਹਨਾਂ ਦੇ ਹੋਸ਼ ਉੜ ਗਏ ਬੱਚੇ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਜਦੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਇਸ ਮਾਸੂਮ ਬੱਚੇ ਨੇ ਦਮ ਤੋੜ ਦਿੱਤਾ ਹਾਲਾਂਕਿ ਇੱਥੇ ਜ਼ਰੂਰਤ ਹੈ ਕਿ ਮਾਪਿਆਂ ਨੂੰ ਇਹ ਧਿਆਨ ਰੱਖਣ ਕਿ ਆਖਿਰ ਉਹਨਾਂ ਦੇ ਬੱਚੇ ਕਿੱਥੇ ਜਾ ਰਹੇ ਨੇ ਦਰਖਤ ਤੇ ਚੜ੍ਹਨਾ ਖਤਰਨਾਕ ਹੋ ਸਕਦਾ ਆ ਜਾਨ ਤੱਕ ਜਾ ਸਕਦੀ ਹੈ ਜਿਵੇਂ ਇਸ ਮਾਸੂਮ ਬੱਚੇ ਦੀ ਵੀ ਚਲੀ ਗਈ ਹੈ ਸੋ ਇੱਥੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਹੁਣ ਇਸ ਆਨੰਦ ਕੁਮਾਰ ਜਿਸ ਦੀ ਉਮਰ 12 ਸਾਲ ਸੀ ਜਾਮੁਨ ਤੋੜ ਰਿਹਾ ਸੀ ਬੜੇ ਚਾਵਾਂ ਦੇ ਨਾਲ ਜਾਮੁਨ ਤੋੜ ਕੇ ਇਸਨੇ ਖਾਣੇ ਸੀ ਪਰ ਉਸ ਤੋਂ ਪਹਿਲਾਂ ਹੀ ਇਸਦਾ ਪੈਰ ਫਿਸਲ ਗਿਆ ਤੇ ਜ਼ਮੀਨ ਤੇ ਡਿੱਗਣ ਦੇ ਨਾਲ ਹੀ ਇਸਦੀ ਮੌਤ ਹੋ ਗਈ ਹੁਣ ਪਰਿਵਾਰ ਰੋ ਰੋ ਬੇਹਾਲ ਹੋ ਗਿਆ ਹੈ ਤੇ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਰਿਹਾ ਹੈ ਆਮ ਕੇ ਕਪੜੇ ਬਦਲ ਲੋ ਹਮ ਕੇ ਫਿਰ ਘਰੇ ਰਹੇਗਾ ਘਰੇ ਰਹੇਗਾ ਪਤਾ ਨਹੀਂ ਹਮ ਘਰੇ ਆ ਉਹ ਚਲੇ ਗਿਆ ਬਸ बच्चे का बोल अनंत कुमार सिंह अनंत कुमार है आपका क्या लगता है मतलब मेरे नाती लगता है कितनी उम्र की बच्चे की 12 साल हो गए जी खन्ना में कहां पर रहती है हां जी खन्ना अपना हड्डा रोड के सामने रहते हैं हुआ कैसे हादसा कुछ पता है हां जी कैसे हुआ हादसा हां जामुन तो रात अकेले था अकेले आप ये नहीं कहेंगे बाबू जी अकेले थे काम पर हां ये नहीं पता है हमको अप्रोक्सीमेटली हाइट होगी उसकी 25 to 30 फुट दस रहे अकॉर्डिंग टू हिज पेरेंट्स साढ़े को बच्चा नाजुक हालत में ही आया सीगा जो बच्चे लैके आए वो माँ प्यो बच्चा उस टाइम गैसपिंग स्टेट में सीगा अनकॉन्शियस सीगा बच्चा उसके जो प्यूपल थे बिल्कुल फिक्स थे नॉट रिएक्टिंग टू लाइट थी अनकॉन्शियस स्टेट में आया थी बच्चा बच्चे का नाम आनंद कुमार है 12 साल की उम्र है बच्चे की रहने वाले ललहेड़ी रोड खन्ना दे है बच्चा